ਹਾਂਜੀ ਦੋਸਤੋ, ਕੀ ਹਾਲ ਚਾਲ? ਅਤੇ ਅੱਜ ਮੈਂ ਇੱਧਰ ਆਇਆ ਸੀਗਾ ਚੂਹੀ ਛੱਡਣ, ਠੀਕ ਹੈ ਜੀ। ਆਹ ਦੇਖੋ ਥੋੜ੍ਹਾ, ਠੀਕ ਹੈ ਜੀ। ਤੁਸੀਂ ਚੂਹੀ ਚੈੱਕ ਕਰੋ, ਪਹਿਲਾਂ ਤੁਹਾਨੂੰ ਚੂਹੀ ਚੈੱਕ ਕਰਾਉਂਦੇ ਹਾਂ। ਇਹ ਨਾ ਮੇਰੇ ਉਹ ਕਿਤਾਬਾਂ ਕੋਲ ਵੜਦੀ ਸੀ ਜਿੱਥੇ ਵੜ ਕੇ ਮੈਂ ਪੜ੍ਹਦਾ, ਅਤੇ ਉੱਥੇ ਛੋਟੀ ਜਿਹੀ ਹੈਗੀ ਹੈ ਵਿੱਚ ਨੂੰ ਖੁੱਡ ਜਿਹੀ। ਇੱਕ ਸੈਕਿੰਡ ਕੋ, ਨਾਲੇ ਤਾਂ ਤੁਹਾਨੂੰ ਆਪਣਾ ਜਾਮਾ ਸੈਕਿੰਡ ਵਾਲਾ ਚੈੱਕ ਕਰਾਉਂਦੇ ਹਾਂ। ਅਤੇ ਇੱਕ ਆਹ ਚੈੱਕ ਕਰੋ, ਉਹ ਦੇਖੋ ਚੂਹੀ। ਆਹ ਮੇਰਾ ਸਾਈਕਲ ਹੈ, ਇਗਨੋਰ ਦਿਸ ਕਾਠੀ, ਓਕੇ, ਸੀਟ 'ਤੇ ਨਾ ਜਾਈਓ। ਪਿਛਲਾ ਇਹਦਾ ਪਿਛਲਾ ਦੇਖ ਲਓ ਪਾਸਾ, ਠੀਕ ਹੈ। ਅਤੇ ਆਹ 'ਚ ਕਰੋ ਚੈੱਕ ਚੂਹੀ, ਬ੍ਰੇਕਾਂ ਹੈਣੀ ਹੈ, ਬ੍ਰੇਕਾਂ ਉੱਡ ਗਈ। ਆਹ ਦੇਖੋ ਬ੍ਰੇਕ ਉੱਡ ਚੁੱਕੀ ਹੈ ਇਹਦੀ, ਅਤੇ ਹੁਣ ਗੇਅਰ ਵਾਲਾ ਸਿਸਟਮ ਹੈ। ਅਤੇ ਅੱਜ ਦਾ ਇਹੀ ਬਲੌਗ ਹੈ, ਠੀਕ ਹੈ ਜੀ। ਮੈਂ ਆਇਆ ਸੀ ਇੱਧਰ ਚੂਹੀ ਛੱਡਣ ਆਇਆ ਸੀ। ਇਹ ਤਿੰਨ ਘੁੰਮਦੀਆਂ ਨਿੱਕੀਆਂ ਨਿੱਕੀਆਂ, ਕੱਲ੍ਹ ਦੀਆਂ ਦੋ ਵਾਰੀ ਆ ਚੁੱਕੀ ਆ, ਦੂਸਰੀਆਂ ਹੋਣੀਆਂ ਸ਼ਾਇਦ। ਉਹ ਦੋ ਵਾਰ ਰੋਟੀ ਖਾ ਗਈਆਂ ਵਿੱਚੋਂ, ਪ੍ਰਵਾ ਰੋਟੀ ਖਾ ਗਈਆਂ, ਉਹ ਛੱਡ ਗਈਆਂ ਇੱਦਾਂ ਹੀ ਬੰਦ ਕਰ ਕਰਕੇ ਜਾਈ। ਯਾਰ ਪਤਾ ਨਹੀਂ ਕਿੱਥੋਂ ਨਿਕਲ ਜਾਂਦੀਆਂ ਯਾਰ, ਟਿੱਡੀਆਂ ਟਿੱਡੀਆਂ ਜਿਹੀਆਂ ਹੈਗੀਆਂ ਹਾਲੇ, ਹੈ ਨਾ ਜੀ। ਅਤੇ ਆ ਚੈੱਕ ਕਰੋ, ਅਤੇ ਇਹਨੂੰ ਮੈਂ ਛੱਡਣ ਚੱਲਾਂ ਮੈਂ। ਇੱਕ ਸੈਕਿੰਡ ਰੁਕ ਜਾਓ, ਅੱਗੇ ਕੋਈ ਆ ਗਿਆ। ਬਹੁਤ ਤੰਗ ਕੀਤਾ ਯਾਰ ਇਹਨਾਂ ਨੇ ਪ੍ਰਭਾ, ਸਾਡੀ ਥੈਲੇ ਥੈਲੇ ਟੁੱਕ ਗਈਆਂ, ਕਣਕ ਵਾਲਾ ਥੈਲੇ ਵਿੱਚ ਪਾ ਕੇ ਰੱਖੀ ਸੀਗੀ, ਉਹ 'ਚੋਂ ਟੁੱਕ ਥੱਲਿਓ ਟੁੱਕ ਗਈਆਂ ਦੋ ਚੂਹੀਆਂ। ਅਤੇ ਖਾਈ ਜਾਣ ਬੜੇ ਮਜ਼ੇ ਨਾਲ ਖਾਂਦੀਆਂ ਸੀਗੀਆਂ, ਵਧੀਆ ਖਾਣਾ ਯਾਰ। ਪਰ ਕੁਛ ਇਹਨਾਂ ਨੇ ਇੱਦਾਂ ਖਾਣਾ, ਚਲੋ ਚੋਰੀ ਤਾਂ ਨਹੀਂ ਕਹਿ ਸਕਦਾ, ਠੀਕ ਹੈ ਜੀ। ਅਤੇ ਆਹ ਦੇਖੋ ਮੈਂ ਇੱਧਰ ਆ ਗਿਆ ਹੁਣ ਇਹਨਾਂ ਨੂੰ ਛੱਡਣ, ਅਤੇ ਥੋੜ੍ਹਾ ਟਾਈਮ ਲੱਗ ਗਿਆ, ਜਲਦੀ ਜਾਣਾ ਮੈਂ ਵੈਸੇ, ਇਹਨੂੰ ਹਲੇ ਨਹੀਂ ਛੱਡਣਾ ਥੋੜ੍ਹਾ। ਇਹ ਦੇਖੋ ਇੱਥੇ ਮੈਂ ਛੱਡ ਕੇ ਜਾਂਦਾ ਹੁੰਦਾ ਚੂਹੀਆਂ, ਅਗਰ ਕਿਸੇ ਨੇ ਵੀ ਦੇਖਣੀ ਹੋਵੇ ਇੱਥੇ ਆ ਸਕਦਾ, ਅਤੇ ਇੱਥੋਂ ਦੇਖ ਸਕਦੇ ਆ, ਠੀਕ ਹੈ। ਰਾਤ ਨੂੰ ਤਾਂ ਇੱਧਰ ਡਰ ਥੋੜ੍ਹਾ ਜਿਹਾ ਲੱਗਦਾ, ਵੈਸੇ ਇੰਨਾ ਵੀ ਨਹੀਂ ਲੱਗਦਾ। ਇਹ ਦੇਖੋ ਕੋਈ ਆ ਰਿਹਾ ਫਿਰ ਅੱਗੇ ਯਾਰ, ਚਲੋ ਉਸਨੇ ਤਾਂ ਵੀਡੀਓ ਬੰਦ ਹੀ ਹੋ ਜਾਂਦੀ ਹੈ, ਬੰਦ ਕਰਨੀ ਪੈਂਦੀ ਹੈ। ਅਤੇ ਆਹ ਚੈੱਕ ਕਰੀ ਜਾਓ ਤੁਸੀਂ, ਥੋੜ੍ਹਾ ਰੁਕ ਜਾਓ ਯਾਰ, ਵਾਰ ਵਾਰ ਕੋਈ ਆਈ ਜਾਂਦਾ ਇੱਧਰ ਅਤੇ ਮੈਂ ਵੀਡੀਓ ਬਣਾਈ ਜਾਂਦਾ। ਰੁਕ ਜਾਓ ਰੁਕ ਜਾਓ, ਚਲੋ ਜੀ ਹੁਣ ਸਹੀ ਹੈ। ਅੱਜ ਦਾ ਇਹੀ ਬਲੌਗ ਹੈ, ਠੀਕ ਹੈ ਜੀ। ਆਹ ਮਾੜਾ ਚੂਹੀ ਦੇਖੀ ਜਾਓ ਤੁਸੀਂ, ਇਹ ਤਾਂ ਬਾਈ ਇਹ ਤਾਂ ਬੱਚੇ ਹੈ, ਇਹ ਇਸ ਤੋਂ ਵੀ ਵੱਡੇ ਵੱਡੇ ਨਾ, ਮੈਂ ਇਸ ਦੇ ਵਿੱਚ ਹੀ ਛੱਡ ਕੇ ਆਇਆ ਇਧਰਲੀ ਸਾਈਡ, ਇਹਦੇ ਵਿੱਚ ਹੀ ਪੂਰੇ ਪੂਰੇ ਇੰਨੇ ਨਾਪ ਦੇ, ਥੋੜ੍ਹੇ ਮੋਟੇ ਮੋਟੇ। ਅਤੇ ਮੈਨੂੰ ਵੀਡੀਓ ਤਾਂ ਕਲੀਅਰ ਹੀ ਹੋਣੀ ਹੈ, ਆਹ ਕੁਛ ਇੱਦਾਂ ਦਾ ਵਿਊ ਹੈ ਇੱਥੇ ਦਾ। ਰਾਤ ਨੂੰ ਇੱਧਰ ਥੋੜ੍ਹਾ ਡਰ ਜਿਹਾ ਲੱਗਦਾ, ਇੱਧਰ ਵੀ ਸਾਈਕਲ ਲੈ ਕੇ ਜਾਂਦਾ ਪਰ ਹੁਣ ਬਹੁਤ ਘੱਟ ਜਾਂਦਾ ਮੈਂ, ਕਿਉਂਕਿ ਇੱਧਰ ਬਹੁਤ ਜ਼ਿਆਦਾ ਝੰਗ ਵਿਹਲਾ ਹੋ ਗਿਆ ਹੁਣ ਇੱਧਰ ਦੀ। ਅਤੇ ਪਾਲੀ ਸਾਈਡ ਵੀ ਇੱਕ ਰੋਡ ਹੈ, ਥੋੜ੍ਹਾ ਜੀ ਮੈਨੂੰ ਲੱਗਦਾ 1 ਕਿਲੋਮੀਟਰ ਹੋਣਾ ਇਹ। ਮੈਂ ਫਿਰ ਆ ਗਿਆ ਇੱਕ ਹੋਰ ਚੂਹੀ ਛੱਡਣ, ਫਿਰ ਦੀ ਆਹ ਦੂਜੀ ਚੂਹੀ ਹੈ, ਠੀਕ ਹੈ ਜੀ। ਅਤੇ ਪਹਿਲਾਂ ਮੈਂ ਜਿਹੜੇ ਸਵੇਰੇ ਛੱਡ ਕੇ ਗਿਆ ਤਾਂ ਇਹ ਜਿਹੜੀ ਤੁਸੀਂ ਹੁਣੇ ਵੀਡੀਓ ਦੇਖੀ ਹੈ ਸਵੇਰ ਦੀ ਚੂਹੀ ਸੀਗੀ, ਤਾਂ ਮੈਂ ਸੀਗਾ ਸੀ ਘਰ ਨੂੰ, ਅਤੇ ਘਰ ਜਾਂਦੇ ਹੀ ਮੈਨੂੰ ਚੇਤਾ ਆਇਆ ਕਿ ਮੈਂ ਜਾਣਾ ਸੀ ਕਿਤੇ ਅੱਜ। ਅਤੇ ਫਿਰ ਮੈਂ ਗਿਆ ਕਿਤੇ, 9:30 ਵਜੇ ਗਿਆ ਸੀਗਾ ਸਵੇਰੇ, ਅਤੇ ਆ ਕੇ ਤਾਂ ਹਲੇ ਆ ਕੇ ਬੈਠਾ ਹੀ ਹੈ ਘਰ, ਤਾਂ ਨਾਲੇ ਕਹਿੰਦੇ ਦੂਜੀ ਚੂਹੀ ਆ ਗਈ ਜੀ। ਚਲੋ ਜੀ ਹੁਣ ਫਿਰ ਮੈਂ 10-15 ਮਿੰਟ ਬੈਠਿਆ, ਅਤੇ ਮੈਂ ਦੇਖਿਆ ਕਿ ਪੱਖੇ ਦੇ ਵਿੱਚ ਨਾ ਉਹ ਹੋ ਗਿਆ ਕੱਪੜਾ ਜਿਹਾ ਫਸੇ, ਮੈਨੂੰ ਨਿਗ੍ਹਾ ਪਈ ਮੇਰੀ, ਤਾਂ ਮੈਂ ਸਾਰਾ ਪੱਖਾ ਖੋਲ੍ਹ ਦਿੱਤਾ, ਠੀਕ ਹੈ ਜੀ। ਉਹ ਵੀ ਤੁਸੀਂ ਅੱਗੇ ਵੀਡੀਓ ਦੇਖਿਓ, ਪੱਖਾ ਮੈਂ ਖੋਲ੍ਹ ਦਿੱਤਾ। ਅਤੇ ਭਰਾ ਜਿਹੜੇ ਦੇਖਿਆ ਤਾਂ ਉਹਦੇ ਵਿੱਚ ਕੁਛ ਵੀ ਨਹੀਂ, ਉਹ ਦੇ ਉਹਨਾਂ ਨੇ ਪਹਿਲਾਂ ਕੱਪੜਾ ਲਪੇਟਿਆ ਸੀਗਾ, ਅਤੇ ਮੈਨੂੰ ਲੱਗਾ ਆਖਰੀ ਹੁਣ ਲਪੇਟਿਆ ਵੈ, ਠੀਕ ਹੈ ਜੀ। ਅਤੇ ਮੈਂ ਤੁਸੀਂ ਅੱਗੇ ਦੇਖ ਸਕਦੇ ਹੋ
ਤੇ ਆ ਮੈਂ ਇੱਕ ਹੋਰ ਉਹ ਬਾਅਦ ਵਿੱਚ ਗੱਲ ਕਰਦੇ ਹਾਂ, ਪਹਿਲਾਂ ਸਾਈਡ 'ਤੇ ਲਗਾਉਂਦੇ ਹਾਂ ਸਾਈਕਲ ਆਪਣਾ। ਅੱਜ ਮੇਰੀ ਰੇਂਜਰ ਹੈ ਨਹੀਂ ਮੇਰੇ ਕੋਲ, ਠੀਕ ਹੈ ਜੀ। ਇਹ ਇੱਕ ਸੈਕਿੰਡ ਲਗਾ ਦਿਓ ਜੀ, ਲਗਾ ਦਿਓ ਚੈੱਕ ਕਰੋ। ਇਹ ਨਿੱਕੀ ਜਿਹੀ ਪਿਆਰੀ ਜਿਹੀ ਚੂਹੀ, ਇੱਕ ਹੋਰ ਹੈ ਇਹ ਭਰਾਵਾਂ, ਕੱਲ੍ਹ ਦੀਆਂ ਨਿਕਲੀ ਜਾਂਦੀਆਂ ਸੀ ਦੋ, ਅਤੇ ਇਹ ਇੰਨੀਆਂ ਮਤਲਬ ਉਹ ਹੈ ਨਾ, ਉੱਥੇ ਨਿਕਲਾਂ ਹੁਣ ਨਿਕਲੀ ਨਹੀਂ, ਮੈਨੂੰ ਲੱਗਦਾ ਰੋਟੀ ਇਹਨੂੰ ਮਿਲ ਗਈ ਅਤੇ ਖਾਈ ਗਈ ਹੋਣੀ ਹੈ। ਕੱਲ੍ਹ ਭਰਾਵਾਂ ਰੋਟੀ ਸਾਰੀ ਖਾ ਗਈਆਂ, ਆਈਆਂ ਨਹੀਂ ਦੁਬਾਰਾ, ਸਾਰਾ ਦਿਨ ਲੱਗਾ ਰਹੀਆਂ ਇਹਨੂੰ ਇੱਥੇ ਪਾਣੀ। ਨਹੀਂ ਯਾਰ, ਪਾੜੀ ਵਿੱਚ ਨਹੀਂ ਛੱਡਣਾ। ਇਹ ਦੇਖੋ ਤਿੱਤਲੀਆਂ, ਆਹਾ ਇਧਰਲੀ ਸਾਈਡ ਬੱਦਲ ਆ ਗਿਆ, ਉੱਪਰ ਬੱਦਲ ਗਰਜਦਾ ਪਿਆ। ਮੈਂ ਦੂਜੀ ਸਾਈਡ ਨਹੀਂ ਗਿਆ, ਠੀਕ ਹੈ ਜੀ। ਕਿੰਨਾ ਟਾਈਮ ਹੋ ਗਿਆ, ਮਿੰਟ ਕਿੰਨਾ ਹੋ ਗਿਆ? ਅੱਛਾ ਜੀ, ਮੈਂ ਨਾ ਦੂਜੀ ਸਾਈਡ ਨਹੀਂ ਗਿਆ, ਉਧਰਲੀ ਸਾਈਡ ਥੋੜ੍ਹਾ ਹੈਗੀ ਸੀ ਕੋਈ, ਤਾਂ ਕਰਕੇ ਮੈਂ ਇਧਰਲੀ ਸਾਈਡ ਆ ਗਿਆ। ਤਾਂ ਬਸ ਆਹ ਦੇਖੋ ਮੈਂ ਲੱਗਾ ਛੱਡਣ, ਕਿੱਧਰ ਨੂੰ ਛੱਡੀਏ, ਤਾਂ ਝੋਨੇ ਛੱਡੀਏ ਜਾਂ ਫਿਰ ਇਧਰਲੀ ਸਾਈਡ ਛੱਡ, ਇਧਰਲੀ ਸਾਈਡ ਛੱਡ ਦਿੰਦੇ ਹਾਂ, ਕਿਉਂਕਿ ਉੱਪਰ ਕਾਂ ਕੂੰ ਦੇਖ ਲੈਂਦੇ ਨੇ ਤਾਂ ਉਹ ਫਿਰ ਪੇਸ਼ ਪੈ ਜਾਂਦੇ ਨੇ। ਤਾਂ ਆਹ ਲਓ ਚੈੱਕ ਕਰੋ, ਉਹ ਦੌੜ ਗਈ ਜਾ ਸਿਮਰਨ ਜ਼ਿਲ੍ਹੇ ਆਪਣੀ ਜ਼ਿੰਦਗੀ, ਇਹ ਕਹਿਣਾ ਪੈਂਦਾ ਭਰਾ ਇੱਦਾਂ। ਅਤੇ ਹਾਂਜੀ, ਆਹ ਮੇਰਾ ਸਾਈਕਲ ਦੇਖੋ, ਚੈੱਕ ਕਰੋ। ਇੱਕ ਹੋਰ ਹੈ, ਪਤਾ ਨਹੀਂ ਉਹ ਅੱਜ ਆਉਣੀ ਕਿ ਕੱਲ੍ਹ ਆਉਣੀ, ਪਰ ਲਾ ਕੇ ਜਾ ਕੇ ਲਾ ਦੇਣੀ ਹੈ ਯਾਰ। ਚਲੋ ਇਹ ਤਿੰਨ ਜੂਹੀਆਂ ਸੀ ਨਿੱਕੀਆਂ ਨਿੱਕੀਆਂ ਸੀ, ਪਰਸੋਂ ਚੌਥੇ ਕਣਕ ਸਾਡੀ ਖਾ ਕੇ ਮੋਟੀਆਂ ਹੋ ਗਈਆਂ, ਇਹਨਾਂ ਦਾ ਕੋਈ ਪਤਾ ਨਹੀਂ ਹੁੰਦਾ, ਠੀਕ ਹੈ ਜੀ। ਅਤੇ ਯਾਰ ਮੈਨੂੰ ਨਾ ਥੋੜ੍ਹਾ ਵੀ ਜੰਗਲਾਤ ਟਾਈਪ ਹੀ ਹੈ, ਚੂਹੀਆਂ ਦਾ ਬਹੁਤ ਨੇ, ਚੂਹੀਆਂ ਦਾ ਕੋਈ ਘਾਟਾ ਨਹੀਂ ਯਾਰ। ਅਤੇ ਬਸ ਮੈਂ ਥੋੜ੍ਹਾ ਅੱਗੇ ਜਾ ਕੇ ਪਿੱਛੇ ਮੁੜਿਆ ਨਾ, ਇੱਧਰ ਦੀ ਨਹੀਂ ਜਾਣਾ, ਇੱਧਰ ਵੀ ਇੱਕ ਰਸਤਾ, ਇਹ ਚੈੱਕ ਕਰੋ। ਅਤੇ ਥੋੜ੍ਹਾ ਆਹ ਵੀ ਇੱਕ ਰਸਤਾ ਸੀ, ਠੀਕ ਹੈ ਜੀ। ਚਲੋ ਹੁਣ ਵਾਪਸੀ ਕਰਦੇ, ਅੱਗੇ ਨਹੀਂ ਜਾਣਾ, ਅਤੇ ਥੋੜ੍ਹਾ ਘਰ ਵੀ ਕੰਮ ਹੈ ਕੋਈ। ਅਤੇ ਤੁਸੀਂ ਜ਼ਰੂਰ ਪੂਰੀ ਵੀਡੀਓ ਦੇਖਿਓ, ਅਤੇ ਮੈਂ ਇਹਦੇ ਵਿੱਚ ਪਾਇਆ ਉਹ ਦੂਜਾ ਪੱਖਾ ਖੋਲ੍ਹਿਆ ਜਿਹੜਾ, ਐਵੇਂ ਬਾਹਰ ਵਿੱਚ ਪਤਾ ਚੱਲਿਆ, ਫਿਰ ਮੈਂ ਨਾਲੇ ਬੰਦ ਕਰ ਦਿੱਤਾ, ਫਿਰ ਫਾਇਦਾ ਕੀ ਸੀਗਾ। ਮੈਂ ਕਿਹਾ ਉਹ ਜਿਹੜੇ ਦੇਖਿਆ ਤਾ ਉਹ ਪੂਰਾ ਰਾਊਂਡ ਹੀ ਹੋਇਆ ਪਿਆ ਸੀ, ਤਾਂ ਹੋ ਸਕਦਾ, ਮੈਂ ਕਿਹਾ ਉਹ ਕੱਲ੍ਹ ਸਫਾਈ ਸਫੂਈ ਕੀਤੀ ਤਾਂ ਮੈਨੂੰ ਲੱਗਾ ਸ਼ਾਇਦ ਕਿ ਕੱਪੜਾ ਜਿਹੜਾ ਉਹ ਵਿੱਚ ਚਲਾ ਗਿਆ, ਪਰ ਕਿੱਦਾਂ ਚਲਾ ਗਿਆ ਇਹ ਵੀ ਨਹੀਂ ਪਤਾ ਸੀਗਾ। ਜਿਹਨੇ ਦੇਖਿਆ ਖੋਲ੍ਹ ਖੜ੍ਹ ਕੇ ਤਾਂ ਉਹ ਥੋੜ੍ਹਾ ਆਪੇ ਉਹਨਾਂ ਨੇ ਪਹਿਲਾਂ ਹੀ ਦਿੱਤਾ ਸੀਗਾ ਫਰਾਟੇ ਪੱਖੇ ਦੇ ਵਿੱਚ, ਫਿਰ ਮੈਂ ਬੰਦ ਕਰ ਦਿੱਤਾ, ਫਿਰ ਮੈਂ ਕਿਹਾ ਜ਼ਿਆਦਾ ਪੰਗੇ ਲੈਣੇ ਸੇਫ ਨਹੀਂ ਹੈ। ਆਹ ਚੈੱਕ, ਓਏ ਰੁਕੇ, ਆਹ ਪਿੱਪਲ ਦੇ ਪੱਤੇ ਵਰਗਾ ਪਤਾ ਨਹੀਂ ਕੀ ਹੈ, ਹੋ ਸਕਦਾ ਦੇਖੋ ਅਗਰ ਕੋਈ ਚੀਜ਼ ਲੱਗੀ ਹੈ ਤਾਂ ਉਹ ਕਿਸੇ ਵੀ ਕੰਮ ਆ ਸਕਦੀ ਹੈ, ਮੈਨੂੰ ਲੱਗਦਾ ਨਹੀਂ, ਹਾਂ ਆਉਂਦੀ ਹੋਣੀ ਹੈ, ਬਿਨਾਂ ਹੁਣ ਬਿਨਾਂ ਕੋਈ ਉੱਤੋਂ ਤਾਂ ਲੱਗ ਨਹੀਂ ਸਕਦੀ ਹੈ ਨਾ। ਠੀਕ ਹੈ ਜੀ, ਓਕੇ ਬਾਏ। ਅਤੇ ਆ ਲੱਗਿਆ ਸੀ, ਓਕੇ।